ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਵਿੱਚ ਆਸ ਕਰਦਾ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਜੀ ਤੰਦਰੁਸਤ ਹੋਵੋਗੇ ਸਭ ਤੋਂ ਪਹਿਲਾਂ ਤੁਹਾਨੂੰ ਬਲੌਗ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਗੱਲ ਦੱਸਦਾ ਮੂਹਰੇ ਦੇਖੋ ਟਰੱਕ ਖੜਾ ਖੜੇ ਨਾ ਦੋ ਟਰੱਕ ਪਰਲੇ ਵਾਲੇ 'ਤੇ ਜ਼ੂਮ ਕਰੀ ਮਾੜਾ ਜਿਹਾ ਜਿਹੜਾ ਉਹ ਵਾਲਾ ਉਹ ਦੇਖੋ ਬੰਦਾ ਰਾਹ ਦੇ ਵਿੱਚ ਲਾ ਕੇ ਨਾ ਅਤੇ ਸੁਸੂ ਕਰਦਾ ਪਿਆ ਆਹਦੇ 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 ਜਾ ਭਰਾਵਾ ਵਾਈਡ ਦੇ ਵਿੱਚ ਚਲਾਈ ਅਤੇ ਤੁਸੀਂ ਦੇਖ ਲਓ ਵੀ ਇਹ ਇੰਨੀ ਕੁ ਰਾਹ ਆ ਛੋਟਾ ਜਿਹਾ ਆ ਅਤੇ ਯਾਨੀ ਦੋ ਟਰੱਕ ਆਪਸ ਦੇ ਵਿੱਚ ਖੜ੍ਹ ਕੇ ਓਵਰਟੇਕ ਕਰੂਗੇ ਇੱਦਾਂ ਕੰਟੀਨਿਊਸਲੀ ਨਹੀਂ ਕਰ ਸਕਦੇ ਹੈ ਨਾ ਅਤੇ ਉਹ ਵੀ ਨਾ ਰਾਹ ਦੇ ਵਿੱਚ ਖੜ੍ਹਾ ਕਰਕੇ ਬੰਦਾ ਸਾਈਡ 'ਤੇ ਨਹੀਂ ਵਿੱਚ ਮਿਡਲ ਦੇ ਵਿੱਚ ਖੜ੍ਹਾ ਕਰਕੇ ਅਤੇ ਸੁਸੂ ਕਰਦਾ ਪਿਆ ਤੁਸੀਂ ਹੁਣ ਆਪ ਹਿਸਾਬ ਲਾ ਲਓ ਵੀ ਕੀ ਚੱਲਦਾ ਪਿਆ ਸਾਡੇ ਇਸ ਵੇਲੇ ਅਤੇ ਚਲੋ ਜੀ ਅੱਜ ਦੇ ਵਲੌਗ ਨੂੰ ਆਪਾਂ ਕਰਦੇ ਹਾਂ ਜੀ ਸਟਾਰਟ ਰੈਡੀ ਸ਼ੈਡੀ ਹੋ ਕੇ ਗੱਡੀ ਦੇ ਵਿੱਚ ਬਹਿ ਗਏ ਹਾਂ ਮੈਂ ਅਤੇ ਸਤਵੀਰ ਅੱਜ ਅਸੀਂ ਦੋਨੋਂ ਜਾਣੇ ਨਹੀਂ ਹੈਗੇ ਸਾਡੇ ਨਾਲ ਦੋ ਜੀ ਹੋਰ ਆ ਪਹਿਲਾਂ ਉਹਨਾਂ ਨੂੰ ਮਿਲੋ ਮਿਲਾਓ ਜੀ ਚੋਣੀ ਇੱਧਰ ਮੂੰਹ ਦਿਖਾ ਓਏ ਪੁੱਤ ਮੂੰਹ ਦਿਖਾ ਦਿਓ ਉਹ ਬਾਹਰ ਨਿਕਲਣ ਨੂੰ ਕਰਦਾ ਲਓ ਜੀ ਇਹ ਹੈਗੇ ਆ ਜੀ ਬੰਟੀ ਬਬਲੀ ਮੈਂ ਉਦਾਂ ਹੀ ਕਹਿਤਾ ਬੰਟੀ ਬਬਲੀ ਨਹੀਂ ਹੈਗੇ ਇੱਕ ਹੈਗਾ ਅਮੈਰੀਕਨ ਬੁਲੀ ਅਤੇ ਇੱਕ ਹੈਗਾ ਲੈਬਰਾਡੋਰ ਫੀਮੇਲ ਇੱਕ ਮੇਲ ਹੈ ਇੱਕ ਫੀਮੇਲ ਆ ਸੋ ਅਮੈਰੀਕ ਆਪਾਂ ਜਾ ਰਹੇ ਸੀਗੇ ਜੀ ਅੱਜ ਸਭ ਤੋਂ ਪਹਿਲਾਂ ਤੁਹਾਨੂੰ ਅੱਜ ਦਾ ਸਕੈਜੂਲ ਦੱਸ ਦਿੰਦਾ ਫਟਾਫਟ ਵਲੌਗ ਨੂੰ ਆਪਾਂ ਬਹੁਤਾ ਲੰਬਾ ਨਹੀਂ ਕਰਨਾ ਕਿਉਂਕਿ ਅੱਗੇ ਜਾ ਕੇ ਤੁਹਾਨੂੰ ਵਲੌਗ ਦੇ ਵਿੱਚ ਕਈ ਕੁਛ ਦਿਖਾਉਣਾ ਆ ਅੱਜ ਆਪਾਂ ਜਾ ਰਹੇ ਹਾਂ ਜੀ ਮੇਰੇ ਤਾਇਆ ਜੀ ਦੀ ਜਿਹਨਾਂ ਦੇ ਲੜਕੇ ਦੀ ਮੈਰਿਜ ਆ ਨਿਊਜ਼ੀਲੈਂਡ ਤੋਂ ਆਇਆ ਹੋਇਆ ਜਿਹਨਾਂ ਦਾ ਲੜਕਾ ਉਹਨਾਂ ਦੀ ਰਿਟਾਇਰਮੈਂਟ ਆ ਜੀ ਅੱਜ ਉਹਨਾਂ ਨੇ ਆਪਣੇ ਅੱਜ 58 ਈਅਰਸ ਕੰਪਲੀਟ ਕਰਕੇ ਬਿਜਲੀ ਮਹਿਕਮੇ ਦੇ ਵਿੱਚੋਂ ਐਸ ਡੀ ਓ ਰਿਟਾਇਰਡ ਹੋਣਾ ਹੈ ਜੀ ਐਸ ਡੀ ਓ ਹੀ ਆ ਪਤਾ ਨਹੀਂ ਹੋ ਸਕਦਾ ਵੀ ਉੱਪਰ ਵੀ ਕੁਛ ਹੋਣ ਅਤੇ ਉਹ ਮੈਂ ਤੁਹਾਨੂੰ ਐਕਸਪਲੇਨ ਅੱਗੇ ਜਾ ਕੇ ਕਰ ਦੂੰਗਾ ਬੱਚੇ ਤੁਸੀਂ ਦੇਖੇ ਆ ਅਮੈਰੀਕਨ ਬੁਲੀ ਔਰ ਲੈਬਰਾਡੋਰ ਇਹ ਅੱਜ ਆਪਾਂ ਆਪਣੇ ਘਰ ਜਾ ਰਹੇ ਹਾਂ ਅਸੀਂ ਨਵਾਂਸ਼ਹਿਰ ਜਾਣਾ ਸੀਗਾ ਸੋ ਇੱਕ ਬੱਚਾ ਨਵਾਂਸ਼ਹਿਰ ਬੁੱਕ ਹੋਇਆ ਇੱਕ ਬੱਚਾ ਫਗਵਾੜੇ ਬੁੱਕ ਹੋਇਆ ਜਿਨ੍ਹਾਂ ਨੇ ਫਗਵਾੜੇ ਵਾਲਿਆਂ ਨੇ ਉਹਨਾਂ ਨੇ ਸਾਡੇ ਤੋਂ ਬੰਗਿਆ ਕੇ ਬੱਚਾ ਚੱਕ ਲੈਣਾ ਹੈ ਜੀ ਸੋ ਆਪਾਂ ਆਪਣੇ ਨਵੇਂ ਘਰ ਜਾ ਰਹੇ ਹਾਂ ਮਹਾਰਾਜ ਇਹਨਾਂ ਨੂੰ ਆਪੋ ਆਪਣੇ ਘਰ ਖੁਸ਼ ਰੱਖਣ ਚੜ੍ਹਦੀ ਕਲਾ ਵਿੱਚ ਰੱਖਣ ਤੰਦਰੁਸਤ ਰੱਖਣ ਅਤੇ ਆਪਣੀ ਫੈਮਿਲੀ ਦੇ ਵਿੱਚ ਵਾਧੇ ਕਰਾਉਣ ਜਾ ਕੇ ਹੈ ਨਾ ਅਤੇ ਦੂਜੀ ਗੱਲ ਇਹ ਹੈ ਵੀ ਪਹਿਲਾ ਬੱਚਾ ਭਾਜੀ ਹੋਣੀ ਜਿਨ੍ਹਾਂ ਨੇ ਬੰਗਿਆਂ ਤੋਂ ਚੱਕਣਾ ਉਹ ਖੜ ਗਏ ਆਪਾਂ ਫਟਾਫਟ ਨੱਠੇ ਹੋਏ ਹਾਂ ਇਸ ਵੇਲੇ ਰੇਸ ਲੱਗੀ ਹੋਈ ਆ ਅਤੇ ਦੂਜਾ ਬੱਚਾ ਆਪਾਂ ਨਵਾਂ ਸ਼ਹਿਰ ਹੀ ਡਿਲੀਵਰ ਕਰਨਾ ਸੋ ਨਾਲ ਦੀ ਨਾਲ ਕੰਮ ਵੀ ਕਰ ਲੈਣਾ ਅਤੇ ਨਾਲ ਦੀ ਨਾਲ ਆਪਾਂ ਆਪਣਾ ਪ੍ਰੋਗਰਾਮ ਵੀ ਅਟੈਂਡ ਕਰਾਂਗੇ ਸੋ ਅੱਜ ਦਾ ਸਕੈਜੂਲ ਜਿਹੜਾ ਤੁਹਾਨੂੰ ਦੱਸਿਆ ਉਹ ਇਹ ਹੈ ਵੀ ਰਿਟਾਇਰਮੈਂਟ ਦਾ ਪ੍ਰੋਗਰਾਮ ਆਪਾਂ ਅਟੈਂਡ ਕਰਨ ਜਾ ਰਹੇ ਹਾਂ ਸੋ ਆ ਜਾਓ ਤੁਸੀਂ ਵੀ ਨਾਲ ਨਾਲ ਚੱਲੋ ਅਤੇ ਸਾਡੇ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਸ਼ਾਮਿਲ ਹੋ ਔਰ ਨਾ ਮੈਂ ਤੁਹਾਨੂੰ ਪਹਿਲੇ ਦੱਸ ਦਿੰਦਾ ਜਿਹੜਾ ਵਲੌਗ ਆ ਉਹ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਬਾਕੀ ਅੱਜ ਦਾ ਤੁਸੀਂ ਮੌਸਮ ਦੇਖੋ ਜਿਹੜਾ ਭੂਰ ਜਿਹੀ ਆ ਸ਼ੁਰੂ ਹੋ ਗਈ ਆ ਅਤੇ ਵੈਦਰ ਵਧੀਆ ਹੋਇਆ ਹੋਇਆ ਫਿਰ ਤੋਂ ਇੱਕ ਤਰ੍ਹਾਂ ਠੰਡਾ ਠੰਡਾ ਜਿਹਾ ਹੋ ਗਿਆ ਹੈ ਠੰਡਾ ਠੰਡਾ ਜਿਹਾ ਹੋ ਗਿਆ ਸੋ ਜੇ ਅੱਜ ਦੇਖਿਆ ਜਾਵੇ ਤਾਂ ਵੇਸਟਕੋਟ ਵਗੈਰਾ ਜਾਂ ਜੈਕਟ ਵਗੈਰਾ ਪੈ ਸਕਦੀਆਂ ਸੀ ਹਾਂਜੀ ਜਿਹੜਾ ਥੋੜ੍ਹੇ ਕੁ ਦਿਨਾਂ ਬਾਅਦ ਸਾਡਾ ਵਿਆਹ ਆ ਨਾ ਸਾਡਾ ਨਹੀਂ ਜਿਹੜਾ ਮੇਰੇ ਭਰਾ ਦਾ ਵਿਆਹ ਆ ਅਤੇ ਉਹਦੇ ਉੱਤੇ ਵੀ ਇੱਦਾਂ ਦੇ ਮੌਸਮ ਹੋਵੇ ਤਾਂ ਸੂਟ ਵਗੈਰਾ ਜਿਹੜਾ ਉਹਦੇ ਉੱਤੇ ਵੇਅਰ ਕਰ ਸਕਦੇ ਹਾਂ ਜੇ ਮੰਨ ਲਓ ਗਰਮੀ ਹੋਈ ਨਾ ਕਿਉਂਕਿ ਜਿੱਦਾਂ ਦੇ ਚੱਲਦੇ ਪਏ ਹਾਲਾਤ ਫਿਰ ਤਾਂ ਨਹੀਂ ਪੈਣਾ ਫਿਰ ਤਾਂ ਬਹੁਤ ਮੁਸ਼ਕਲ ਆ ਸੋ ਆ ਜਾਓ ਹੁਣ ਆਪਾਂ ਚੱਲਦੇ ਹਾਂ ਅਤੇ ਅੱਗੇ ਕੰਟੀਨਿਊ ਕਰਦੇ ਹਾਂ ਚਾਰ ਦਿਨ ਅੱਗੇ ਦੱਸਿਆ ਹੋਇਆ ਮੌਸਮ ਦੱਸਿਆ ਹੋਇਆ ਮੀਂਹ ਦੱਸਿਆ ਹੋਇਆ ਵੈਸੇ ਸਵੇਰੇ ਤਾਂ ਨੇਰੀ ਬਹੁਤ ਚੱਲਦੀ ਪਈ ਸੀ ਅਜੇ ਦਾ ਫੋਨ ਆਇਆ ਹੁਸ਼ਿਆਰਪੁਰੋਂ ਕਹਿੰਦਾ ਵੀ ਮੀਂਹ ਪੂਰਾ ਪੈਂਦਾ ਪਿਆ ਅਤੇ ਬਾਕੀ ਮੌਸਮ ਬਾਰੇ ਤਾਂ ਵੀ ਰੱਬ ਨੂੰ ਹੀ ਜਾਣਕਾਰੀ ਹੈ ਕੋਈ ਬੰਦਾ ਤਾਂ ਇਹਦੇ ਵਿੱਚ ਕੁਛ ਨਹੀਂ ਕਰ ਸਕਦਾ ਸੱਜਣਾਂ ਦਾ ਮੈਂ ਬਹੁਤ ਦਿਲੋਂ ਧੰਨਵਾਦੀ ਹਾਂ ਇਹਨਾਂ ਨੇ ਮੈਨੂੰ ਇੰਨਾ ਮਾਣ ਸਤਿਕਾਰ ਬਖਸ਼ਿਆ ਅਤੇ ਡਿਊਟੀ ਦੌਰਾਨ ਮੇਰੇ ਵੱਲੋਂ ਕਿਸੇ ਨੂੰ ਉੱਚਾ ਨੀਵਾਂ ਬੋਲਿਆ ਗਿਆ ਹੋਵੇ ਮੈਂ ਉਹਦੇ ਲਈ ਖਿਮਾ ਮੰਗਦਾ
ਹੁਣ ਚੱਕੋ ਪਾਪੜ ਹੈ ਇਧਰ ਤਸਵੀਰ ਕਬਜ਼ਾ ਕਰਨ ਲੱਗੀ ਆ ਹੁਣ ਮਿਕਸ ਰਾਇਤਾ ਰੋਟੀ ਟਾਈਮ ਹੋ ਗਿਆ ਜੀ ਰੋਟੀ ਖਾਣੀ ਹੁਣ दाल वाहेगुरू दाल मखनी हाँ लूंगा थोड़ी जी पाला मैं मिस्सी रोटी खानी है कणक नहीं खानी मिस्सी रोटी ओनली ਹਾਂਜੀ ਨਿਕਲ ਆਏ ਜੀ ਪਾਰਟੀ ਦੇ ਵਿੱਚੋਂ ਅਤੇ ਪਾਰਟੀ ਸਮਾਪਤ ਹੋ ਗਈ ਇਸ ਕਰਕੇ ਨਿਕਲ ਆਏ ਇਹ ਨਹੀਂ ਵੀ ਵਿੱਚੇ ਛੱਡ ਆਏ ਹਾਂ ਹੁਣ ਜਾ ਰਹੇ ਹਾਂ ਅਸੀਂ ਮਾਰਕੀਟ ਨਵਾਂ ਸ਼ਹਿਰ ਰੇਲਵੇ ਰੋਡ ਉੱਥੋਂ ਲੈਣਾ ਹੈ ਜੀ ਥੋੜ੍ਹਾ ਬਹੁਤਾ ਸਮਾਨ ਮੇਨ ਆ ਮੈਂ ਪਗੜੀ ਲੈਣੀ ਆ ਜਿਹੜੇ ਰੰਗ ਦਾ ਸਤਰੀ ਨੇ ਵਿਆਹ ਵਾਲੇ ਦਿਨ ਸੂਟ ਪਾਉਣਾ ਵਿਆਹ ਨੂੰ ਹਜੇ 10-12 ਦਿਨ ਪਏ ਆ ਪਰ ਫਿਰ ਵੀ ਇੱਕ ਦੋ ਵਾਰ ਵਿੱਚ ਬੰਨ ਲਈ ਜਾਵੇ ਤਾਂ ਉਹ ਫਿਰ ਕਹਿ ਲਓ ਵੀ ਰੈਲੀ ਜੀ ਹੋ ਜਾਂਦੀ ਹੈ ਪੱਗ ਹੈਂ 10-12 ਦਿਨ ਕਿੱਥੇ ਰਹਿ ਗਏ 10 ਦਿਨ ਪਏ ਹੀ ਆ ਕਿ 28 ਤਰੀਕ ਆ ਇੰਕ ਹਫਤਾ ਰਹਿ ਗਿਆ ਅੱਜ ਦੇ ਦਿਨ ਚਲੋ ਕੁਝ ਵੀ ਆ ਯਾਰ ਹਫਤਾ ਰਹਿ ਗਿਆ ਕਿੰਨੇ ਵੀ ਆ ਸੋ ਆ ਮਸਲਾ ਮੈਂ ਪਗੜੀ ਲੈਣੀ ਆ ਬਾਕੀ ਇਹਨਾਂ ਨੇ ਕਿਸੇ ਗੋਲਡ ਵਾਲੇ ਕੋ ਜਾਣਾ ਆ ਗੋਲਡ ਵਗੈਰਾ ਠੀ
ਬੀਬੀ 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 ਲੱਗਾ ਕੀ ਹੋਣਾ ਭਲਾ ਜਿਹੜੀ ਆ ਨਿੱਕੀ ਜੀ ਆ ਜਿਹੜੀ ਆ ਨਿੱਕੀ ਜੀ ਆ ਇਹਨੂੰ ਲੱਗਾ ਕੀ ਹੋਊਗਾ ਨਹੀਂ ਪਰ ਉਹ ਕਿੰਨੀ ਪਿਆਰੀ ਆਮ ਯੂਜ਼ ਕਰਨ ਨੂੰ ਨਾ ਘਰ ਪਾਣ ਨੂੰ ਬਹੁਤ ਸਹੀ ਅੱਛਾ ਘਰ ਸੋਨਾ ਪਾ ਕੇ ਭਾਂਡੇ ਧੋਣੇ ਆ ਮੈਂ ਭਾਂਡੇ ਧੋਂਦੀ ਆ ਇੱਕ ਗੁਲੀਆਂ ਦੋ ਪਾਣੀਆਂ ਨਹੀਂ ਮੈਂ ਚੂਜ਼ ਕਰਦੀ ਆਹੀ ਕੱਢੀ ਸੀਗੀ ਨਾ ਮੈਂ ਹਾਂਜੀ ਹਾਂਜੀ ਇੱਕ ਜਿਹੜੀ ਪਰੇ ਰੱਖੀ ਸੀ ਉਹ ਤਾਂ ਮੇਰੀ ਆ ਥੱਲੇ ਪਈ ਸੀ ਇੱਧਰ ਓਕੇ ਤਾਂ ਜੀ ਤੇ ਤੁਹਾਨੂੰ ਇੱਕ ਵਾਰ ਫੇਰ ਤੋਂ ਜਾਂਦੇ ਜਾਂਦੇ ਮੈਂ ਕੰਗ੍ਰੈਚੁਲੇਟ ਕਰਦਾ ਤੁਸੀਂ ਆਪਣੇ ਕਿੰਨੇ 58 ਸਾਲ ਪੂਰੇ ਕਰ ਲਏ ਕਿੰਨੇ 58 ਤੇ ਤਾਏ ਜੀ ਅਜੇ ਰਿਟਾਇਰ ਹੁਣ ਫ੍ਰੀ ਹੋ ਗਏ ਤੁਸੀਂ ਯਾਨੀ ਹੁਣ ਤੁਸੀਂ ਪਿੰਡ ਨੂੰ ਆ ਸਕਦੇ ਮੇਰੇ ਕੋਲ ਹੈ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਹਾਂ ਤਾਏ ਨੂੰ ਸਾਰੇ ਥੱਲੇ ਕੰਗ੍ਰੈਚੁਲੇਟ ਕਰ ਦਿਓ ਤਾਏ ਨੇ ਤਾਏ ਜੀ ਕਿਹੜੀ ਪੋਸਟ ਤੋਂ ਰਿਟਾਇਰ ਹੋਏ ਡਬਲ ਏ ਡਬਲ ਏ ਈ ਤੇ ਇਹ ਆਪਣੇ ਨਵਾਂ ਸ਼ਹਿਰ ਤੋਂ ਹੋਏ ਆ ਹਾਂ ਨਵਾਂ ਸ਼ਹਿਰ ਤੋਂ ਹੋਏ ਬਈ ਬਿਜਲੀ ਮਹਿਕਮੇ ਚੋਂ ਹੈ ਨਾ ਹਾਂ ਬਹੁਤ ਵਧੀਆ ਬਈ
एक बार फिर मेरे वालों तो सारी ऑडियंस वालों ताए नूं मुबारक ताए जी हुण वेले हुण तुसीं आ जाओ पिंड नूं ठीक है मारियो गेड़ा ठीक है भाई ओके भाई चलो भाई सैल पत्थर में जानतो पाए ता कार्य जगागे कर तरिया मेरे माधो जी सत संगत मिले सो तरिया। हाँ जी इस वेले हैगे हैं जी आप बंगिया जिन्हों बंगा शहर कहें तो इतों आप खरीददारी करनी है जी सब्जी की क्योंकि जोड़ा पिंड साढ़े बंदा आता सब्जी लैके कई दिनों तो कहें आ नहीं रहा हम सब्जी लवेंगे ये भी जरूरी है सौदा पत्ता भी भाई जान वाली है ये भी सब्जी वाली भी तो बंदा देखे भी जो जा रहा ताकि पता उन्हें कितनी जोर ना लाई है बई ये जी आदत ना बड़ी माड़ी आदत आ मैनू उन्हें बंदियां तो इन्नी कु सख्त नफरत है ना इन्नी कु सख्त नफरत जिहदे विच भी ये भी आउंदी है इन्नी कु जोर ना गड्डी की ताकी लाउंदे ना जिदा मरुती गड्डी की भांदे हुंदे आ बई मरुती की भी नहीं एंडी जोर ना लाने की लोड़ हुंदी वह भी बेचारी टिक देने करके लग जाती है मैनू समझ ही नहीं आउंदा हैगा भी कदों बंदा है ना ग्रोथ करूगा ਤੁਹਾਨੂੰ ਤਾਂ ਵੈਸੇ ਨਾ ਕੀ ਕਹਿੰਦੇ ਹੁੰਦੇ ਟੈਂਪੂ ਟਰੈਵਲਰ ਲੈ ਕੇ ਦੇ ਦੇਣੀ ਚਾਹੀਦੀ ਹੈ ਜਾਂ ਜਿਹੜੀਆਂ ਆਟੋ 'ਚ ਤਾਂ ਕੀ ਨਹੀਂ ਹੁੰਦਾ ਤੁਹਾਨੂੰ ਟੈਂਪੂ 'ਚ ਵੀ ਨਹੀਂ ਬੈਠਣਾ ਹੁੰਦਾ ਬਾਈ ਸੱਚੀ ਗੱਲ ਆ ਇਹ ਗੱਡੀਆਂ ਵਾਲੇ ਜਿਹੜੇ ਮੈਂ ਨਹੀਂ ਕਹਿੰਦਾ ਯਾਰ ਮੈਂ ਹੁਣ ਕੀ ਮੈਂ ਤੁਹਾਨੂੰ ਦੱਸਾਂ ਕੀ ਕਰਦੇ ਜੀ ਐਵੇਂ ਸਾਰੇ ਇਦਾਂ ਲਾਉਂਦੇ ਆ ਯਾਰ ਤੁਸੀਂ ਗੱਡੀ ਤੋਂ ਚਾਹੁੰਦੇ ਕੀ ਆ ਇਹ ਜਹਾਜ਼ ਆ ਵੀ ਥਾਰ ਦਣੀ ਮਾਰਿਆ ਤੇ ਵੀ ਕਿੱਡਾ ਕੁ ਭਾਰੀ ਆ ਵੀ ਜਿਹਨੂੰ ਬਹੁਤ ਜ਼ੋਰ ਲਾ ਕੇ ਮਾਰਦੇ ਆ ਉਹ ਬੰਦੇ ਤੇ ਮੈਨੂੰ ਉਹ ਸਬਜ਼ੀ ਰੱਖ ਕੇ ਗਿਆ ਪਿੱਛੇ ਦੇਖੋ ਤੇ ਮੈਨੂੰ ਇੰਨਾ ਕੁ ਗੁੱਸਾ ਆਇਆ ਨਾ ਮੈਂ ਕਿਹਾ ਯਾਰ